ਕੀ ਵਿਕਰਮਜੀਤ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਹੋ ਰਹੇ ਨੇ ਭਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਟਵੀਟ ਕਰਕੇ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਭਾਈ ਤੁਸੀਂ ਸਭ ਇੱਕ ਥੈਲੇ ਦੇ ਚੱਟੇ-ਵੱਟੇ ਹੋ ਤੁਹਾਨੂੰ ਬੇਅਦਬੀਆਂ ਭੁੱਲੀਆਂ ਤੁਸੀਂ ਟੈਂਕਾਂ ਚੜਵਾਏ ਦਰਬਾਰ ਸਾਹਿਬ ਤੇ ਤੁਹਾਨੂੰ ਉਹ ਭੁੱਲ ਗਏ ਇਹ ਲੋਕ ਇਕੱਠੇ ਹੋਗੇ ਆਲਵਿੰਦਰ ਕੰਗ ਨੇ ਵੀ ਟਵੀਟ ਕਰ ਦੋਨੇ ਘੇਰਲੇ ਨੇ ਉਨ੍ਹਾਂ ਟਵੀਟ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਦੋਨੇ ਕਿਸ ਗੱਲ ਦੀ ਰਾਜਨੀਤੀ ਕਰਦੇ ਹੋ ਤੁਹਾਨੂੰ ਮਾਸਟਰ ਦੇ ਮੁੰਡੇ ਨੇ ਦਿਵਾ ਲਿਆ ਤੁਸੀਂ ਕਹਿੰਦੇ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਤੇ ਚਿੱਟੇ ਦਾ ਤਸਕਰ ਹੈ ਹੁਣ ਦੱਸੋ ਤੁਸੀਂ ਕਹਿੰਦੇ ਸੀ ਕਿ ਇਹ ਬੇਅਦਬੀ ਇਹਨਾਂ ਨੇ ਕਰਵਾਈ ਹੈ ਦੋਸ਼ੀ ਨੇ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਜਿੰਨਾ ਚਿੱਟਾ ਆਇਆ ਉਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਲਿਆਂਦਾ ਗਿਆ ਅਕਾਲੀ ਦਲ ਸਰਕਾਰ ਲੈ ਕੇ ਆਈ ਹੈ ਪੰਜਾਬ ਦੇ ਕਿੰਨੇ ਉਹ ਮੁੱਦੇ ਨੇ ਕਿ ਜਿਹੜੇ ਚੱਕੇ ਜਾ ਸਕਦੇ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਖਤਮ ਹੋ ਗਿਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਇਹ ਮੁੱਦੇ ਗੈਪ ਕਿਉਂ ਹੋ ਰਹੇ ਨੇ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਲੋਕਰੈ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਪਰਮੇਂਦਰ ਸਿੰਘ ਸਵਾਗਤ ਕਰਦਾ ਤੁਹਾਡਾ ਮੈਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਮੇਰੇ ਸਾਥੀ ਨਹੀਂ ਇਸ ਕਰਕੇ ਮੈਨੂੰ ਇਕੱਲੇ ਨੂੰ ਇਹ ਪ੍ਰੋਗਰਾਮ ਕਰਨਾ ਪੈ ਰਿਹਾ ਹੈ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੀ ਜੋ ਜਫੀ ਨੇ ਕਿਸਮਾਨ ਪਾਇਆ ਹੋਇਆ ਕੀ ਬਿਕਰਮਜੀਤ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਹੋ ਰਹੇ ਨੇ ਇਹ ਮੈਂ ਗੱਲ ਕਿਉਂ ਕਰ ਰਿਹਾ ਇਸ ਤੇ ਵੀ ਗੱਲਬਾਤ ਕਰਾਂਗੇ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਇਸ ਜਫੀ ਦਾ ਜਵਾਬ ਦਿੱਤਾ ਸੀ ਅਤੇ ਨਾਲ ਦੀ ਨਾਲ ਬਿਕਰਮਜੀਤ ਸਿੰਘ ਮਜੀਠੀਏ ਨੇ ਵੀ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਪਿੱਠ ਤੇ ਫਿਰ ਨਵਜੋਤ ਸਿੰਘ ਸਿੱਧੂ ਖੜਗੇ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਦੇ ਆ ਕਿ ਜੱਫੀ ਦਾ ਪੂਰਾ ਮਾਮਲਾ ਕੀ ਹੈ ਤੇ ਜੱਫੀ ਦਾ ਕਾਰਨ ਕਿਵੇਂ ਜੱਫੀ ਪੈ ਕਿਵੇਂ ਗਈ ਪਿਛਲੇ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਕਿ ਜੱਫੀ ਦਾ ਕਿਸਮਾਨ ਹਰੇਕ ਰਾਜਨੀਤਿਕ ਪਾਰਟੀ ਦੇ ਵਿੱਚ ਮਚ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਗੱਲਬਾਤ ਕਰਦਾ ਕਿ ਜਦੋਂ ਵਿਕਰਮ ਸਿੰਘ ਜੀਤ ਮੰਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੀ ਇਹ ਜੱਫੀ ਪੈਂਦੀ ਹੈ ਤੇ ਜੱਫੀ ਤੋਂ ਬਾਅਦ ਇਹ ਸਿਆਸੀ ਗਲਚਾਰੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਕਾਫੀ ਰਾਜਨੀਤਿਕ ਪਾਰਟੀਆਂ 'ਚ ਹਲਚਲ ਹੁੰਦੀ ਹੈ ਤੇ ਕਈ ਤਾਂ ਕਾਂਗਰਸੀ ਲੀਡਰਾਂ ਇਹ ਗੱਲ ਕਹਿੰਦੇ ਨੇ ਕਿ ਕਾਂਗਰਸੀ ਜਿਹੜੇ ਵਰਕਰ ਨੇ ਉਹਨਾਂ ਦਾ ਮਨੂਵਲ ਡਿੱਗਿਆ ਕਿਉਂਕਿ ਐਮਪੀ ਰਵਨੀਤ ਬਿੱਟੂ ਨੇ ਵੀ ਇਹ ਗੱਲ ਕਹੀ ਪੋਸਟ ਪਾ ਕੇ ਟਵੀਟ ਪਾ ਕੇ ਇਹ ਵੀ ਗੱਲ ਕਹੀ ਕਿ ਇਹ ਜੱਫੀ ਪਾਉਣਾ ਸਹੀ ਗੱਲ ਨਹੀਂ ਸੀ ਕਿਉਂਕਿ ਜੱਫੀ ਦੇ ਨਾਲ ਕਾਂਗਰਸ ਤੇ ਮਨੂਵਲ ਡਿੱਗਦਾ ਮੈਂ ਉਧਰ ਨਹੀਂ ਜਾਣਾ ਚਾਹੁੰਦਾ ਮਨੂਵਲ ਡਿੱਗਦਾ ਕਿ ਨਹੀਂ ਡਿੱਗਦਾ ਪਰ ਹਰੇਕ ਚੀਜ਼ ਦੇ ਦੋ ਧਰੇ ਹੁੰਦੇ ਨੇ ਜੇ ਇੱਕ ਪਾਸੇ ਮਨੂਵਲ ਡਿੱਗਦਾ ਤੇ ਦੂਜੇ ਪਾਸੇ ਮੈਸੇਜ ਵੀ ਚੰਗਾ ਇਸ ਗੱਲ ਦਾ ਆਉਂਦਾ ਹੈ ਅੱਜ ਕੀ ਹੋਇਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਅਤੇ ਬਿਗਰਮਜੀਤ ਮਜੀਠੀਆ ਦੀ ਇਸ ਜੱਫੀ ਦਾ ਭਗਵੰਤ ਮਾਨ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਉਂਦਾ ਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਟਵੀਟ ਕਰਕੇ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਭਾਈ ਤੁਸੀਂ ਸਭ ਇੱਕ ਥੈਲੇ ਦੇ ਚੱਟੇ ਵੱਟੇ ਹੋ ਤੁਹਾਨੂੰ ਬੇਅਦਬੀਆਂ ਭੁੱਲੀਆਂ ਤੁਸੀਂ ਟੈਂਕਾਂ ਚੜਵਾਏ ਦਰਬਾਰ ਸਾਹਿਬ ਤੇ ਤੁਹਾਨੂੰ ਉਹ ਭੁੱਲ ਗਏ ਇਹ ਲੋਕ ਇਕੱਠੇ ਹੋ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਇਸ ਤੇ ਜਿਹੜਾ ਉਹ ਟਵੀਟ ਕਰਦੇ ਨੇ ਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਟਵੀਟ ਕੀਤਾ ਤੇ ਇਹਦਾ ਜਵਾਬ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਉਸੇ ਅੰਦਾਜ਼ ਦੇ ਵਿੱਚ ਦਿੱਤਾ ਤੇ ਬਿਕਰਮਜੀਤ ਮਜੀਠੀਏ ਨੇ ਵੀ ਸ਼ਹਿਰੀ ਅੰਦਾਜ਼ ਦੇ ਵਿੱਚ ਆਪਣੀ ਗੱਲ ਰੱਖੀ ਪਰ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਕਰਨ ਤੋਂ ਬਾਅਦ ਤਾਂ ਬਿਕਰਮਜੀਤ ਸਿੰਘ ਮਜੀਠੀਆ ਦੀ ਪਿੱਠ ਦੇ ਉੱਤੇ ਨਵਜੋਤ ਸਿੰਘ ਸਿੱਧੂ ਖੜ ਜਾਂਦੇ ਨੇ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਕੇ ਕਦੇ ਵਿਕਰਮ ਜੀ ਜੀਠੀਏ ਇੱਕ ਹੋਣਗੇ ਸਿਆਸੀ ਗਲਚਾਰਿਆਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਸੋਚਿਆ ਨਹੀਂ ਜਾ ਸਕਦਾ ਕੁਝ ਵੀ ਸਮਝਿਆ ਨਹੀਂ ਜਾ ਸਕਦਾ ਕਿਉਂਕਿ ਰਾਜਨੀਤੀ ਕਦੇ ਕਿਸੇ ਦੀ ਸਥਿਰ ਨਹੀਂ ਹੁੰਦੀ ਰਾਜਨੀਤੀ ਹਮੇਸ਼ਾ ਆਪਣੇ ਰੰਗ ਬਦਲਦੀ ਰਹਿੰਦੀ ਹੈ ਉਹ ਕਿਸੇ ਰੂਪ ਦੇ ਵਿੱਚ ਵੀ ਹੋਣ ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਵੀਡੀਓ ਨਵਜੋਤ ਸਿੰਘ ਸਿੱਧੂ ਨੇ ਵਾਇਰਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਭਗਵੰਤ ਸਿੰਘ ਮਾਨ ਜੋ ਹੁਣ ਪੰਜਾਬ ਦੇ ਮੁੱਖ ਮੰਤਰੀ ਹੈ ਤੇ ਪਹਿਲਾਂ ਕੀ ਸੋਚਦੇ ਸੀ ਬਿਕਰਮਜੀਤ ਸਿੰਘ ਮਜੀਠੀਆ ਦੀ ਪਿੱਠ ਦੇ ਖੜੇ ਹੋ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਨੇ ਉਸੇ ਅੰਦਾਜ਼ ਦੇ ਵਿੱਚ ਭਗਵੰਤ ਮਾਨ ਨੂੰ ਜਵਾਬ ਦਿੱਤਾ ਹਾਲੇ ਕਿ ਇਹਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਜਵਾਬ ਉਹਦਾ ਦੇਣੀ ਸੀ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਖੜਕੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਉਹ ਇੱਕ ਵੀ ਗੱਲ ਨਹੀਂ ਕਹੀ ਜੋ ਕਹਿਣੀ ਬਣਦੀ ਸੀ ਕਿ ਤੁਹਾਡੀ ਸਰਕਾਰ 'ਚ ਇਹ ਹੁੰਦਾ ਰਿਹਾ ਤੌੜੀ ਸਰਕਾਰ ਦੇ ਵਿੱਚ ਇਹ ਤੁਸੀਂ ਕਰਦੇ ਰਹੇ ਹੋ ਪਰ ਨਵਜੋਤ ਸਿੰਘ ਸਿੱਧੂ ਬੇਕਰਮ ਜੀ ਜੀਤ ਮਜੀਠੀ ਦੀ ਪਿੱਠ ਦੇ ਉੱਤੇ ਖੜੇ ਹੋ ਜਾਂਦੇ ਨੇ ਤੇ ਜਿਸ ਦਾ ਉਹ ਜਵਾਬ ਦਿੰਦੇ ਨੇ ਕਿ ਤੁਹਾਡੀ ਹਰ ਇੱਕ ਗੱਲ ਦਾ ਅਸੀਂ ਇਸ ਤਰੀਕੇ ਨਾਲ ਜਵਾਬ ਦੇਵਾਂਗੇ ਬੇਸ਼ੱਕ ਉਹ ਸ਼ਹਿਰੀ ਅੰਦਾਜ਼ ਦੇ ਵਿੱਚ ਹੋਵੇ ਬੇਸ਼ੱਕ ਉਹ ਟਵੀਟ ਕਰਕੇ ਹੋਵੇ ਪਰ ਦੂਜੇ ਪਾਸੇ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਨੇ ਵੀ ਪਿੱਛੇ ਕਿਉਂ ਹਟਣਾ ਸੀ ਆਮ ਆਦਮੀ ਪਾਰਟੀ ਦੇ ਸਪੋਰਟਸਮੈਨ ਪਰਸਨ ਮਾਲਵਿੰਦਰ ਕੰਗ ਨੇ ਵੀ ਟਵੀਟ ਕਰ ਦੋਨੇ ਘੇਰ ਲਏ ਨੇ ਉਨ੍ਹਾਂ ਟਵੀਟ ਦੇ ਵਿੱਚ ਲਿਖਿਆ ਕਿ ਤੁਸੀਂ ਦੋਨੇ ਕਿਸ ਗੱਲ ਦੀ ਰਾਜਨੀਤੀ ਕਰਦੇ ਹੋ ਤੁਹਾਨੂੰ ਮਾਸਟਰ ਦੇ ਮੁੰਡੇ ਨੇ ਦਿਵਾ ਲਿਆ ਹੁਣ ਤੁਹਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਆਉਂਦਾ ਮਾਲਵਿੰਦਰ ਸਿੰਘ ਕੰਗ ਵੀ ਫਿਰ ਕਿਉਂ ਪਿੱਛੇ ਰਹਿਣਾ ਮਾਲਵਿੰਦਰ ਮਾਲਵਿੰਦਰ ਸਿੰਘ ਕੰਗ ਨੇ ਵੀ ਮੂਹਰੇ ਹੋ ਕੇ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਘੇਰਿਆ ਕਿ ਆਹ ਵੇਖੋ ਦੋਨੇ ਇਕੱਠੇ ਹੋ ਗਏ ਤੁਸੀਂ ਕਹਿੰਦੇ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਹੁਣ ਦੱਸੋ ਤੁਸੀਂ ਕਹਿੰਦੇ ਸੀ ਕਿ ਇਹ ਬੇਅਦਬੀ ਇਹਨਾਂ ਨੇ ਕਰਵਾਈ ਹੈ ਦੋਸ਼ੀ ਨੇ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਜਿੰਨਾ ਚਿੱਟਾ ਆਇਆ ਉਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਲਿਆਂਦਾ ਗਿਆ ਅਕਾਲੀ ਦਲ ਸਰਕਾਰ ਲੈ ਕੇ ਆਈ ਹੈ ਜਿਹਦੀ ਕੀ ਮੁੱਖ ਭੂਮਿਕਾ ਨਵਜੋਤ ਸਿੰਘ ਸੌਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਇਸ ਗੱਲ ਦਾ ਜਵਾਬ ਜਿਹੜਾ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਿੱਤਾ ਹੈ ਬਿਕਰਮ ਸਿੰਘ ਜੀਤ ਮਜੀਠੀਆ ਨੂੰ ਅਤੇ ਨਵਜੋਤ ਸਿੰਘ ਸਿੱਧੂ ਨੂੰ ਕੀ ਹੋਣਾ ਨਵਜੋਤ ਸਿੰਘ ਸਿੱਧੂ ਬਿਕਰਮਜੀਤ ਮਜੀਠੀਆ ਦੇ ਖੇਮੇ ਦੇ ਵਿੱਚ ਨੇ ਤਾਂ ਕਰਕੇ ਮਾਲਵਿੰਦਰ ਕਾਂਗਰਸ ਗੱਲ ਦਾ ਜਵਾਬ ਦਿੱਤਾ ਸੋ ਜੋ ਗੱਲ ਕਰਨੀ ਬਣਦੀ ਆ ਉਹ ਪੰਜਾਬ ਦੇ ਆਪਾਂ ਹੁਣ ਮੁੱਦਿਆਂ ਤੇ ਗੱਲਬਾਤ ਕਰਦੇ ਆ ਕਿ ਪੰਜਾਬ ਦੇ ਵਿੱਚ ਮੁੱਦੇ ਮੁੱਕ ਗਏ ਤੁਸੀਂ ਟਵਿੱਟਰ ਟਵੀਟਰ ਖੇਡੀ ਜਾ ਰਹੇ ਹੋ ਰਾਜਨੀਤਿਕ ਲੀਡਰ ਹੋਣ ਦੇ ਜਰੀਏ ਥੋੜੀ ਹੁੰਦਾ ਕਿ ਤੁਸੀਂ ਇੱਕ ਦੂਜੇ ਨੂੰ ਟਵੀਟ ਕਰ ਕਰਕੇ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਵੀ ਆਪਾਂ ਗੱਲ ਕਰ ਬਾਤ ਕਰ ਸਕਦੇ ਆ ਪੰਜਾਬ ਦੇ ਹੋਰ ਕਿੰਨੇ अहम ਮੁੰਦੇ ਨੇ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਖਤਮ ਹੋਊਗੀ ਪੰਜਾਬ ਦੇ ਕਿੰਨੇ ਉਹ ਮੁੱਦੇ ਨੇ ਕਿ ਜਿਹੜੇ ਚੱਕੇ ਜਾ ਸਕਦੇ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਖਤਮ ਹੋ ਗਿਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਪਰसों ਇੱਕ ਕਿਸਾਨ ਨੇ 64 ਸਾਲਾਂ ਦੀ ਉਮਰ ਦੇ ਵਿੱਚ ਖੁਦਕੁਸ਼ੀ ਕੀਤੀ ਹੈ ਇਹ ਮੁੱਦੇ ਗਾਇਬ ਕਿਉਂ ਹੋ ਰਹੇ ਨੇ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ ਤੁਸੀਂ ਪੰਜਾਬ ਦੇ ਲੋਕਾਂ ਦਾ ਧਿਆਨ ਹੋਰ ਪਾਸੇ ਲੈ ਕੇ ਜਾ ਰਹੇ ਹੋ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਜੇ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ ਕਰੋਗੇ ਤਾਂ ਪੰਜਾਬ ਦੇ ਲੋਕ ਤੁਹਾਡੇ ਨਾਲ ਖੜਨਗੇ ਟਵੀਟ ਕਰਨ ਦੇ ਨਾਲ ਉਹਨਾਂ ਨੇ ਟਵੀਟ ਕਰਤਾ ਦੂਜੇ ਨੇ ਟਵੀਟ ਕਰਤਾ ਤੀਜੇ ਨੇ ਟਵੀਟ ਕਰਤਾ ਇਸ ਤਰੀਕੇ ਦੇ ਨਾਲ ਪੰਜਾਬ ਦੀ ਸੱਚੀ ਰਾਜਨੀਤੀ ਨਹੀਂ ਹੋ ਸਕਦੀ ਪੰਜਾਬ ਦੇ ਲੋਕ ਤੁਹਾਨੂੰ ਜਵਾਬ ਮੰਗਣਗੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਓ ਨਾ ਕਿ ਉਹ ਰਾਣੀਤੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਵੱਡਾ ਮਾਣ ਕੀਤਾ ਹੈ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਤੇ ਦੂਜੇ ਪਾਸੇ ਜੇ ਆਪਾਂ ਗੱਲਬਾਤ ਕਰੀਏ ਨਰਜੋਤ ਸਿੰਘ ਸਿੱਧੂ ਦੀ ਬਿਕਰਮਜੀਤ ਸਿੰਘ ਮਜੀਠੀਆ ਦੀ ਉਹ ਵੀ ਪੰਜਾਬ ਦੇ ਬਹੁਤ ਮੁੱਦੇ ਨੇ ਪੰਜਾਬ ਦੇ ਵਿੱਚ ਢੇਡਾ ਮਾਰੋ ਕਿ ਪੰਜਾਬ ਦੇ ਹਾਲ ਕੀ ਹੈ ਪੰਜਾਬ ਦੀ ਖੇਤੀਬਾੜੀ ਕਿਸ ਤਰੀਕੀ ਦੀ ਹੈ ਪੰਜਾਬ ਦੇ ਪਾਣੀਆਂ ਦੇ ਮਸਲੇ ਕੀ ਨੇ ਉਹ ਮੁੱਦੇ ਚੱਕਣ ਦੀ ਬਜਾਏ ਤੁਸੀਂ ਹੋਰ ਮੁੱਦਿਆਂ ਦੇ ਵਿੱਚ ਉਲਝ ਕੇ ਰਹੇ ਕਿ ਤੁਸੀਂ ਇਹ ਗੱਲ ਨੋਟ ਕਿਉਂ ਨਹੀਂ ਕਰਦੇ ਕਿ ਸਰਕਾਰੀ ਹਸਪਤਾਲਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਤੋਂ ਸਾਡਾ ਪੰਜਾਬ ਵਾਂਝਾ ਹੋ ਰਿਹਾ ਪ੍ਰਾਈਵੇਟ ਹਸਪਤਾਲ ਲੁੱਟਮਚਾ ਰਹੇ ਨੇ ਤੇ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਹੋ ਰਿਹਾ ਤੁਸੀਂ ਕੱਲ ਵੀ ਫਰੀਦਕੋਟ ਦੇ ਜ਼ਿਲ੍ਹੇ ਦੀ ਖਬਰ ਵੇਖੀ ਹੋਣੀ ਹੈ ਕਿ ਉੱਥੇ ਡਾਕਟਰੀ ਹੈ ਨਹੀਂ ਇਸ ਸੰਦਰਭ ਪਰਤੇ ਸਾਡੇ ਪੰਜਾਬ ਦੇ ਹਸਪਤਾਲ ਨੇ ਸਿਹਤ ਸਿੱਖਿਆ ਦਾ ਮੰਯਾਰ ਇੱਥੋਂ ਤੱਕ ਹੈ ਤਾਂ ਸਾਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਉਹ ਮੁੱਦੇ ਜਿਹੜਾ ਕਿ ਕਿਸੇ ਦਾ ਕੋਈ ਕੱਢਣ ਨੂੰ ਹੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੁਸੀਂ ਪੰਜਾਬ ਦੇ ਮੁੱਦੇ ਹੱਲ ਕਰੋ ਨਾ ਕਿ ਨਿੱਜੀ ਤੌਰ ਤੇ ਤੁਸੀਂ ਕਿਸੇ ਨਾਲ ਟਵਿੱਟਰ ਟਵੀਟ ਖੇਡੋ ਕਿਉਂਕਿ ਨਿੱਜੀ ਟਵੀਟ ਕਰਨਾ ਤੁਹਾਡਾ ਹੱਕ ਹੈ ਪਰ ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਕਰੋ ਕਿਉਂਕਿ ਜਫੀ ਦਾ ਕੋਈ ਬੜਾ ਵੱਡਾ ਹਉਆ ਨਹੀਂ ਜੋ ਤੁਸੀਂ ਪੰਜਾਬ ਦੇ ਵਿੱਚ ਪੇਸ਼ ਕਰ ਰਹੇ ਹੋ ਏਸੀ ਹੁਣ ਤੱਕ ਆਪਾਂ ਪੰਜਾਬ ਦੇ ਅਹਿਮ ਮੁੱਦਿਆਂ ਦੀ ਗੱਲਬਾਤ ਕੀਤੀ ਇਸ ਕਰਕੇ ਧੰਨਵਾਦ ਜੁੜੇ ਰਹੋ ਲੋਕ ਰਾਈ ਟੀਵੀ ਦੇ ਨਾਲ